ਕੀ ਹਾਲ ਆ ਭਰਾ ਜੀ ਠੀਕ ਠਾਕ ਹੋ ਰਾਜੀ ਖੁਸ਼ੀ ਹੋਣ ਚੜ੍ਹਦੀ ਕਲਾ ਮੈਂ ਇੱਕ ਵੀਡੀਓ ਪਾਈ ਸੀ ਆਟੋ ਟਰੈਕ 'ਤੇ ਬਹੁਤ ਲੋਕਾਂ ਨੇ ਮਿਰਚਾਂ ਲੱਗੀਆਂ ਹਾਲਾਂਕਿ ਮੈਂ ਆਪਣਾ ਪੱਖ ਰੱਖਿਆ ਸੀ ਪਲੱਸ ਮੈਂ ਇਹ ਦੱਸਿਆ ਸੀ ਕਿ ਉਹ ਇਹ ਨਹੀਂ ਮੈਂ ਕਿਹਾ ਕਿ ਜੋ ਉਹਨੇ ਕੋਈ ਮਾੜਾ ਕਰਤਾ ਜਾਂ ਉਹਦੀ ਕੋਈ ਬਦਨਾਮੀ ਕਰੀ ਮੈਂ ਸਿਰਫ ਇੰਨਾ ਕਿਹਾ ਸੀ ਕਿ ਉਰੇ ਆਪਣੇ ਲੋੜ ਹੈ ਨਹੀਂ ਪਰ ਬਹੁਤ ਲੋਕ ਉਂਝੋਂ ਉਂਝੋਂ ਬਹੁਤ ਆ ਬਿਨਾਂ ਮਤਲਬ ਪੰਜਾਬੀ ਦੀ ਇੱਕ ਬਦਕਿਸਮਤੀ ਅਤੇ ਤ੍ਰਾਸਦੀ ਰਹੀ ਆ ਵੀ ਜਦ ਕੋਈ ਚੀਜ਼ ਜਦ ਆਪਾਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਫਿਰ ਗਾਲਾਂ ਕੱਢਣ ਲੱਗ ਜਾਓ ਜਾਂ ਮੰਦਾ ਬੋਲਣ ਲੱਗ ਜਾਓ ਇੱਕ ਤੁਹਾਨੂੰ ਐਗਜ਼ਾਮਪਲ ਛੋਟੀ ਜਿਹੀ ਹੋਰ ਦੇਣੀ ਆ ਫਿਰ ਪੰਜਾਬ 'ਚ ਸਭ ਤੋਂ ਇਹ ਸੱਚਾਈ ਆ ਵੀ ਫੁੱਦੂ ਅਤੇ ਨਿਕੰਮੀਆਂ ਚੀਜ਼ਾਂ ਨੂੰ ਪ੍ਰਚਾਰਿਆ ਜਾਂਦਾ ਇੱਕ ਬੱਤੀ ਬੋਰ ਦਾ ਬੜਾ ਜ਼ਿਕਰ ਆਉਂਦਾ ਬੱਤੀ ਬੋਰ ਨੇ ਫਾਇਰ ਕਰਤਾ ਬੱਤੀ ਬੋਰ ਨੇ ਬੱਖੀ ਪਾੜਤੀ ਬੱਤੀ ਬੋਰ ਨੇ ਬੰਦਾ ਵੜਤਾ ਸਭ ਤੋਂ ਨਿਹਾਇਤ ਨਿਖਿੱਧ ਵੈਪਨ ਆ ਬੱਤੀ ਬੋਰ ਸਾਰੀ ਦੁਨੀਆ 'ਚ ਬੰਦ ਹੋ ਗਿਆ ਬ੍ਰਾਊਨਿੰਗ ਸਾਹਿਬ ਦੀ ਕਾਢ ਆ ਇਹ ਯਾਦ ਆ ਉਹਨਾਂ ਦੀ ਇਹਦੇ ਜਿਹੜਾ ਕੈਟਰੇਜ ਆ ਉਹ ਰਿਮਡ ਆ ਰਿਮਲੈਸ ਨਹੀਂ ਹੈਗਾ ਇਹਦੀ ਗੋਲੀ ਕਦੇ ਫਸਣੋਂ ਪਿਸਟਲ ਦੀ ਹਟੇ ਨਹੀਂ ਸਕਦੀ 18 ਲੱਖ ਰੁਪਈਏ ਦਾ ਬੰਦੇ ਨੇ ਪਿਸਟਲ ਲਿਆ ਤੀਜੀ ਗੋਲੀ ਸਾਈਕਲ ਨਹੀਂ ਕਰੀ ਕੜਕਦੇ ਨੇ ਫਸ ਗਈ ਕਿਉਂ ਨਹੀਂ ਹਟ ਸਕਦੀ ਕਿਉਂਕਿ ਜਨਮ ਜਾਤ ਪੋਲੀਓਗ੍ਰਸਤ ਬੱਚਾ ਜਿਹੜਾ ਪੋਲੀਓਗ੍ਰਸਤ ਬੱਚਾ ਹੁੰਦਾ ਉਹਨੂੰ ਭਜਾਓਗੇ ਉਹ ਕਦੇ ਭੱਜਦਾ ਨਹੀਂ ਕਿਹਨੂੰ ਪ੍ਰਚਾਰਿਆ ਗਿਆ ਗੀਤਾਂ 'ਚ ਬੱਤੀ ਬੋਰ ਐਂ ਕਰਦਾ ਸਭ ਤੋਂ ਨਿਖਿੱਧ ਨਿਹਾਇਤ ਪਿਸਟਲ ਹੈ ਬੱਤੀ ਬੋਰ ਚਾਹੇ 50 ਲੱਖ ਦਾ ਤੁਸੀਂ ਲੈ ਲਓ ਇੱਥੋਂ ਇਹ ਸਿੱਧ ਹੁੰਦਾ ਕਿ ਇੰਡੀਆ 'ਚ ਕੋਈ ਕੁਆਲਿਟੀ ਕੁਆਲਿਟੀ ਦੇਖਣ ਦਾ ਕਿਸੇ ਨੂੰ ਪਤਾ ਹੀ ਨਹੀਂ ਜੇ ਕੋਈ ਕਹਿੰਦਾ ਵੀ ਮੈਂ ਝੂਠ ਬੋਲਦਾ ਮੈਂ ਆਪਦਾ ਉਹ ਬੰਦਾ ਵੈਪਨ ਲਿਆ ਵੇ ਆਪਾਂ ਚਲਾ ਕੇ ਦੇਖ ਲਾਂਗੇ ਉਹਨੂੰ 100-200% ਗੋਲੀ ਫਸਣੀ ਉਹ ਫਸਣੀ ਆ ਚਾਹੇ ਅਮਰੀਕਾ ਤੋਂ ਲੈ ਲਓ ਹਟ ਹੀ ਨਹੀਂ ਸਕਦੀ ਇਹੀ ਮੈਂ ਸਮਝਾਉਂਦਾ ਹੁੰਦਾ ਕਿ ਐਂ ਕਿਸੇ ਦੇ ਮਗਰ ਲੱਗ ਕੇ ਚੀਜ਼ਾਂ ਦੇ ਉੱਤੇ ਨਾ ਚੜੋ ਇਹ ਤਾਂ ਹੋ ਗਈ ਇੱਕ ਐਗਜ਼ਾਮਪਲ ਅਗਲੀ ਗੱਲ ਕੀ ਆ ਗੱਲ ਫੇਰ ਜੌਂਡੀਅਰ ਦੀ ਆ ਜਾਣੀ ਗੇਅਰ ਦੀ ਕਾਪੀ ਕਰ ਲਈ ਸ਼ਿਵਰਾਜ ਨੇ ਫਲਾਣਾ ਕਰ ਲਈ ਮਿੰਤਰਾ ਨੇ ਕਰ ਲਈ ਕਿ ਚਲੋ ਯਾਰ ਕਰ ਲਈ ਮੈਨੂੰ ਤਾਂ ਕੋਈ ਐ ਨਾਰਾਜ਼ਗੀ ਨਹੀਂ ਹਾਂ ਮੈਨੂੰ ਇੰਡੀਵਿਜੁਅਲੀ ਨਾ ਕਹੋ ਤੁਸੀਂ ਸਾਲੇ ਨੂੰ ਸਵਰਾਜ ਨੂੰ ਨਿੰਦੀ ਜਾਓ ਇੰਡੀਵਿਜੁਅਲੀ ਕਹਿੰਦੇ ਹੋ ਫਿਰ ਮੈਨੂੰ ਗੁੱਸਾ ਚੜ੍ਹਦਾ ਇੱਕ ਗੱਲ ਹੁਣ ਦੁੱਖ ਲੱਗਣਾ ਫਿਰ ਮੈਂ ਗੱਲਾਂ ਕਦੇ ਕਹਿਣੀਆਂ ਨਹੀਂ ਸੀ ਅਤੇ ਨਾ ਮੈਂ ਕਦੇ ਕਹਿਣੀਆਂ ਚਾਹੁੰਦਾ ਸੀ ਪੰਜਾਬ ਥੋੜ੍ਹਾ ਸੀ ਥੋੜ੍ਹੇ ਲੋਕ ਆ ਆਈ ਵਿਸ਼ ਕਿ ਅਸੀਂ ਪਿਆਰ ਨਾਲ ਜੁੜ ਕੇ ਰਹੀਏ ਪਰ ਹੁਣ ਮੈਨੂੰ ਕਹਿਣੀ ਪੈਣੀ ਆ ਮੈਨੂੰ ਇੱਕ ਗੱਲ ਦੱਸੋ ਮਹਾਨ ਇੰਜੀਨੀਅਰ ਹੋ 2500 ਰੇਟਡ 2400 ਰੇਟਡ ਜੋ ਵੀ ਆਇਆ ਉਹ ਤੁਸੀਂ ਦੱਸਿਓ ਕਿੰਨਾ ਆਇਆ ਪਹਿਲਾਂ ਇਹੀ ਕੰਮ ਹੋਲੈਂਡ 'ਚ ਸੀ ਰੇਸ ਬਿਨਾਂ ਤੁਰਦਾ ਨਹੀਂ ਸੀ ਫਿਰ ਹੁਣ ਤਾਂ ਕਰਿਓ 2100 ਜਾਂ ਤਾਂ ਫਿਰ ਰੱਖ ਦੇ ਇਹਨੂੰ 2500 ਰੇਟਡ ਉਹ ਇੱਥੇ ਆ ਕੇ ਕੰਪਨੀਆਂ ਨੂੰ ਦੇਖਿਆ ਕਿ ਹਿੰਦੁਸਤਾਨ ਮੈਂ ਮੇਰੀ ਗੱਲ ਨਾ ਮੈਂ ਲੌਜਿਕ ਨਾਲ ਬੋਲਦਾ ਜੇ ਕੋਈ ਝੂਠੀ ਸਾਬਤ ਕਰ ਦੇਵੇ ਮੈਂ ਮਾਫ਼ੀ ਮੰਗ ਲੂੰਗਾ ਮੈਂ ਬਹੁਤ ਸਟੱਡੀ ਕਰਕੇ ਗੱਲ ਬੋਲਦਾ ਲੋਕਾਂ ਨੂੰ ਲੱਗਦਾ ਕਿ ਉਈਓਂ ਪਾਉਂਦਾ ਐਂ ਨਹੀਂ ਮੈਂ ਬੋਲਦਾ ਮੈਂ ਜਵਾਬਦੇਹ ਵੀ ਹਾਂ ਮੈਂ ਕਿਉਂ ਕਹਿੰਦਾ ਕਿ ਹਿੰਦੁਸਤਾਨ 'ਚ ਸਾਰੇ ਇੰਪਲੀਮੈਂਟ ਇਹੋ ਜਿਹੇ ਨੇ ਜਿਹੜੇ ਲੋਅ ਰੇਟਡ RPM 'ਤੇ ਚੱਲਦੇ ਨੇ ਮੈਂ ਕਿਉਂ ਸਵਰਾਜ ਨੂੰ ਪਸੰਦ ਕਰਦਾ ਅਤੇ ਕਰਦਾ ਰਹੂੰਗਾ ਮੈਨੂੰ ਲੋਅ ਰੇਟਡ ਕਰਕੇ ਲੋਅ ਰੇਟਡ ਦੀ ਇੱਥੇ ਲੋੜ ਹੈ ਲੋਅ ਰੇਟਡ ਹੀ ਫਿਊਚਰ ਦਾ ਹੱਲ ਹੈ ਲੋਅ ਰੇਟਡ ਨਾਲ ਹੀ ਫਿਊਲ ਦੀ ਕੰਜ਼ਮਸ਼ਨ ਘਟਣੀ ਆ ਲੋਅ ਰੇਟਡ ਨਾਲ ਹੀ ਕਸਾਈ ਘਟਣੀ ਆ ਪਹਿਲਾਂ ਤਾਂ ਜਦੋਂ 2500 ਜਿਹੜਾ ਕਾਲੇ ਢਿੱਡ ਵਾਲਾ ਕਹਿੰਦੇ 2400-2500 ਰੇਟਡ ਇੰਜਣ ਸੀ ਉਹ ਫਿਰ ਹੁਣ 2100 ਕਿਉਂ ਕਰਿਆ ਫਿਰ 2100 ਤੁਸੀਂ ਲਿਖ ਵੇਚਦੇ ਹੋ ਵੀ ਆਹ 'ਚ ਖੂਬੀ ਆ 2100 ਆਹ 2100 ਪਹਿਲਾਂ ਹੀ ਆਉਂਦੇ ਨੇ ਉਹ ਤੋਂ ਆ ਜਾਓ ਫਿਰ ਹੋਲੈਂਡ 'ਚ ਵੀ ਇੱਦਾਂ ਆਇਆ ਮੈਂ ਕਦੀ ਕਿਹਾ ਮੈਂ ਕਦੇ ਨਹੀਂ ਕਿਹਾ ਹਾਲਾਂਕਿ ਇੰਜਣ ਬੇਸ ਹੈ ਗੇਅਰ ਗੂਰ ਤਾਂ ਬਾਅਦ ਦੀਆਂ ਗੱਲਾਂ ਨੇ ਇੰਜਣ ਬੇਸ ਦੀ ਉਹ ਤੁਸੀਂ ਕਾਪੀ ਕਰਨ ਲੱਗ ਗਏ ਫਿਰ ਉਹ ਕਿਹਦੀ ਕਾਪੀ ਹੈ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਕਿਸੇ ਇਹੀ ਜਿਹੀ ਆਰਗੂਮੈਂਟ 'ਚ ਜਾਂ ਬੈਸਟ 'ਚ ਪੈਣਾ ਨਹੀਂ ਚਾਹੁੰਦਾ ਪਰ ਹੁਣ ਮੈਨੂੰ ਜਵਾਬ ਦੇ ਦਿਓ ਵੀ ਉਹਦਾ ਮਤਲਬ ਕੀ ਹੈ ਜਦੋਂ ਇੰਜਣ ਦੀ ਉਹ ਇੱਕ ਕੰਪਨੀ ਨੇ ਬੇਸ ਦੀ ਉਹ ਕਾਪੀ ਕਰ ਲਈ ਫਿਰ ਪਿੱਛੇ ਸਾਲਾ ਰਹਿ ਕੀ ਗਿਆ ਸਵਾਹ ਸੱਤਾਂ ਚੁੱਲ੍ਹਿਆਂ ਦੀ ਜੌਂਡੀਅਰ ਆਇਆ ਉਹਨੇ ਇੱਥੇ ਆ ਕੇ ਦੇਖੇ ਕਿ ਉਰੇ ਤਾਂ ਯਾਰ ਇਹ ਲੋਟ ਹੀ ਨਹੀਂ ਆਉਂਦਾ ਇਸੇ ਕਰਕੇ ਕਹਿੰਦਾ ਕਿ ਬਾਹਰਲੀ ਚੀਜ਼ ਬਾਹਰ ਦੇ ਹਿਸਾਬ ਨਾਲ ਬਣੀ ਆ ਜੌਂਡੀਅਰ ਹਮੇਸ਼ਾ ਕਮਰਸ਼ੀਅਲ ਐਂਗਲ ਤੋਂ ਦੇਖਦੇ ਆ ਉਹ ਉਹਨਾਂ ਨੂੰ ਇਹ ਤਾਂ ਤੁਹਾਡੇ ਨਾਲ ਮਤਲਬ ਹੀ ਨਹੀਂ ਕੋਈ ਹੁਣ ਸਪੀਡ ਦਾ ਹੀ ਹਾਲ ਹੈ ਇਹ ਵੀ ਬਹੁਤੀ ਦਿਨ ਦੂਰ ਨਹੀਂ ਤੁਹਾਨੂੰ ਸਪੀਡ ਵੀ ਕਾਪੀ ਕਰਦੇ ਦਿਖਾਊਂਗਾ ਹੁਣ ਮੈਨੂੰ ਆ ਇੰਜਣ ਦਾ ਜਵਾਬ ਦਿਓ ਸਾਰੇ ਕਮੈਂਟ ਕਰਕੇ ਵੀ ਮੈਂ ਸੱਚ ਬੋਲਦਾ ਕਿ ਮੈਂ ਝੂਠ ਬੋਲਦਾ ਇੰਜਣ ਬਣਿਆ ਨਹੀਂ ਇੰਜਣ ਦੀ ਕਾਪੀ ਤੁਸੀਂ ਸਵਰਾਜ ਵਰਗਿਆਂ ਤੋਂ ਕਰਦੇ ਹੋ ਜਿਹਨਾਂ ਨੂੰ ਤੁਸੀਂ ਕੂੜਾ ਵਟ ਐਵਰ ਜੋ ਵੀ ਤੁਸੀਂ ਦੱਸਦੇ ਹੋ ਮੇਰੇ ਲਈ ਤਾਂ ਨਹੀਂ ਆ ਚਲੋ ਹੈ ਨਾ ਇੰਜਣ ਦੀ ਬੇਸ ਦੀ ਵੀ ਕਾਪੀ ਕੀਤੀ ਫਿਰ ਰੱਖਦੇ ਇਹਨੂੰ ਵਿੱਚੋਂ ਹੁਣ 2400-2500 ਕਰਕੇ ਮੈਂ ਮੰਨ ਲੈਂਦਾ ਵੀ ਤੁਹਾਡੇ ਕੋਲ ਬਹੁਤ ਵੱਡੀ ਕਾਢ ਹੈ ਇਹ ਕਾਹਤੇ ਕਰਿਆ ਬੇਸ ਨਹੀਂ ਬਣਿਆ ਅੱਜ ਤੱਕ ਸਵਰਾਜ ਨੇ ਕਦੇ ਬੇਸ ਨਹੀਂ ਛੇੜਿਆ ਮੈਨੂੰ ਦਿਖਾ ਦਿਓ ਸਾਲਾ 81-82 ਜੱਦਾ ਵੀ ਆਉਂਦਾ ਜੇ ਕਦੇ ਬੇਸ ਛੇੜਿਆ ਹੋਵੇ ਅੱਜ ਵੀ ਉਸੇ ਬੇਸ 'ਤੇ ਚੱਲਦੇ ਨੇ ਜਿਹੜਾ 969 ਆ ਰਿਹਾ
134 ਦੀ ਸਟ੍ਰੋਕ ਆਪਣੇ ਬੇਸ 'ਤੇ ਕੰਮ ਕਰ ਰਹੇ ਨੇ। ਇਹ ਗੱਲਾਂ ਦਾ ਬ੍ਰਦਰ ਫਰਕ ਹੁੰਦਾ, ਮੈਂ ਇੱਦਾਂ ਬੋਲਦਾ ਨਹੀਂ ਨਾ ਮੈਂ ਕਿਸੇ ਨੂੰ ਬੋਲਣਾ ਚਾਹੁੰਦਾ। ਅਤੇ ਮੇਰੇ ਜੌਂਡੀਆਰ ਵਾਲੇ ਸਾਰੇ ਮੇਰੇ ਭਰਾ ਹੀ ਨੇ, ਮੇਰਾ ਕਿਸੇ ਨਾਲ ਕੋਈ ਵੈਰ ਨਹੀਂ। ਮੈਂ ਇਹੀ ਦੱਸਣਾ ਚਾਹੁੰਦਾ ਆਪਣਾ ਕੀ ਰੌਲਾ ਯਾਰ ਕੰਪਨੀਆਂ ਨਾਲ, ਮੈਨੂੰ ਦੱਸੋ ਆਪਣੀਆਂ ਉਹ ਕੀ ਲੱਗਦੀਆਂ ਨੇ। ਡੋਮੈਸਟਿਕ ਨੇ, ਬੱਚੇ ਕੰਮ ਕਰਦੇ ਨੇ, ਕਿੰਨਾ ਬੰਦਾ ਇੱਥੇ ਲੋਕਲ ਕੰਮ ਕਰਦਾ, ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਆਪਣੀਆਂ ਕੰਪਨੀਆਂ ਨੇ ਕਿਉਂ ਮੈਂ ਕਿਵੇਂ ਮਾੜੀਆਂ ਕਹਿ ਦਾਂ? ਆਹ ਪਾਕਿਸਤਾਨ 'ਚ ਜਾ ਕੇ ਦੇਖ ਲਓ, ਜਿਹੜਾ ਤੁਸੀਂ ਕਹੀ ਜਾਂਦੇ ਹੋ ਕਰ ਲਿਆ ਵਾਹ ਕਰ ਲਿਆ, 385 ਸਾਲਾ 30 ਲੱਖ ਦਾ ਟਰੈਕਟਰ ਆ, 2 ਸਪੀਡ ਦਿੰਦੇ ਆ, ਕੁੱਲ 2 ਸਪੀਡ। ਇੰਨਾ ਬੁਰਾ ਹਾਲ ਆ, ਉਹ ਵਿਚਾਰੇ ਰੋ ਰੋ ਮਰ ਗਏ। ਉਹ ਵੀ ਤਾਂ ਬਾਹਰ ਲਈ ਆ, ਬਾਹਰ ਲੈ ਤਾਂ ਕੁਛ ਦਿੰਦੇ ਆ ਜਦੋਂ ਉਰੇ ਕੰਪੀਟੀਸ਼ਨ ਹੁੰਦਾ। ਗੱਲਾਂ ਨੂੰ ਸਮਝ ਲਓ। ਆਖਿਆ ਜੀ ਤੁਰਕੀ ਤੋਂ ਆ ਗਿਆ ਹੋਲੈਂਡ ਦਾ ਇੰਜਣ, ਤੁਰਕੀ ਤੋਂ ਤਾਂ ਮਿਲ ਤਾਂ ਸਾਰਾ ਤੁਰਕੀ ਤੋਂ, ਪਾਕਿਸਤਾਨ 'ਚ ਸਾਰੇ ਇੰਜਣ ਮੈਸੀ ਤਾਂ ਤੁਰਕੀ ਤੋਂ ਹੀ ਆਉਂਦੇ ਨੇ। ਤੁਰਕੀ ਤੋਂ ਆ ਗਿਆ ਤਾਂ ਮਤਲਬ ਸੋਨਾ ਹੋ ਗਿਆ, ਇਹਦਾ ਮਤਲਬ ਕੋਈ ਲੈਣ ਦੇਣ ਨਹੀਂ। ਤੁਰਕੀ ਤੋਂ ਆਵੇ ਭਾਵੇਂ ਆਵੇ ਅਮੈਰੀਕਾ ਤੋਂ, ਇਹ ਗੱਲ ਦਾ ਮੈਨੂੰ ਸਾਰੇ ਸੱਜਣ ਮਿੱਤਰ ਜਿਹੜੇ ਕਹਿੰਦੇ ਆ, ਜਿਹੜੇ ਸਿਆਣੇ ਬੰਦੇ ਆ, ਜਿਹੜੇ ਅਕਲ ਵਾਲੇ ਨੇ, ਬਹੁਤ ਨੇ ਜੌਂਡੀਅਰ ਵਾਲੇ, ਇੰਨੇ ਪਿਆਰ ਨਾਲ ਚੰਗੇ ਘਰਾਂ ਦੇ ਆ, ਗੱਲ ਨੂੰ ਸਮਝਦੇ ਨੇ, ਪਰਿਵਾਰਾਂ ਦਾ ਫਰਕ ਆ, ਕਦੇ ਵੀ ਨਹੀਂ ਬੋਲਦੇ, ਕਹਿੰਦੇ ਹਾਂ ਬਾਈ ਜੀ ਆ ਹੈਗਾ। ਅੱਛਾ ਸਵਰਾਜ 'ਚ ਸਾਲੇ 'ਚ ਕੋਈ ਦਿੱਕਤ ਆ ਯਾਰ, ਪਾਓ ਵੀਡੀਓ। ਮੈਂ ਕਹਿੰਦਾ ਕਮੈਂਟ ਵੀ ਨਹੀਂ ਕਰਦਾ, ਕਹੋ ਸਾਲੇ ਨੂੰ ਅੱਗ ਲਾ ਦਿਉ ਪੈਟਰੋਲ ਪਾ ਕੇ, ਕੋਈ ਦੁੱਖ ਹੀ ਨਹੀਂ ਇਹ 'ਚ। ਕਹਦਾ ਯਾਰ ਇਹ ਤਾਂ ਆਪਣੀ ਆਜ਼ਾਦੀ, ਹਾਂ ਇੰਡੀਵਿਜੁਅਲੀ ਕਦੇ ਕਿਸੇ ਨੂੰ ਨਹੀਂ ਕਹਿੰਦੇ। ਸੋ ਇਸ ਕਰਕੇ ਇਹੀ ਜਿਹੀਆਂ ਗੱਲਾਂ ਪੰਜਾਬ 'ਚ ਨਾ ਕਰੋ, ਕੋਈ ਇਹਨਾਂ ਦੀ ਲੋੜ ਨਹੀਂ ਆਪਾਂ ਨੂੰ ਇਹੋ ਜਿਹੀਆਂ ਗੱਲਾਂ ਕਰਨ ਦੀ। ਫਲਾਣੇ ਨੇ ਨਕਲ ਕਰ ਲਈ, ਫਲਾਣੇ ਨੇ ਠਕਲ ਕਰ ਲਈ, ਜਦੋਂ ਬੇਸ ਦੀ ਨਕਲ ਕਰ ਲਈ, ਮੈਂ ਅੱਜ ਤੱਕ ਨਹੀਂ ਕਿਹਾ ਲੈ ਬੇਸ ਦੀ ਨਕਲ ਹੋਈ ਆ। ਅੱਜ ਤੱਕ ਇੰਨੀ ਗਿਰੀ ਵੀ ਹਰਕਤ ਇੰਨੀ ਜੌਂਡੀਅਰ ਨੇ ਕਰੀ ਵਾਲਾ ਕੋਈ ਨਹੀਂ ਕਰਦਾ, ਕਦੇ ਕੋਈ ਆਪਣੇ ਰੇਟਡ RPM ਨਹੀਂ ਘਟਾਉਂਦਾ। ਹੁਣ ਜੇ ਫਿਰ ਜੇ ਤੁਸੀਂ ਕਹਿੰਦੇ ਹੋ ਫਲਾਣਾ ਕਾਪੀ ਕੈਟ ਆ, ਵੇਚੋ 2500 'ਤੇ ਕਰਕੇ, ਮੈਂ ਪਾਊਂਗਾ ਵੀਡੀਓ, ਹਾਂ ਵੀ ਹਾਂ ਬੱਲੇ ਬੱਲੇ ਆ। ਐਡੀ ਬੜੀ ਮਹਾਨ ਕੰਪਨੀ 2500-2400 'ਤੇ ਚਲਾਉਂਦੀ, ਉਰੇ ਆ ਕੇ ਕਾਹਤੇ ਫਿਰ ਆ ਗਈ 2100 'ਤੇ? ਉਹਨਾਂ ਕੋਲ ਤਾਂ ਅਮਰੀਕਾ ਵਾਲੀ ਟੈਕਨੋਲੋਜੀ ਆ, ਇਹ ਤਾਂ ਕਬਾੜ ਦੇ ਉਰੇ ਵਾਲੇ, ਤਾਂ ਦੱਸੋ ਕਾਹਤੇ ਆਈ ਫਿਰ? ਹੁਣ 2100 ਕਰ, ਇੱਦੋਂ ਵੀ ਘਟਾਉਣ ਨੂੰ ਫਿਰਦੇ ਆ ਹੁਣ, ਕਿਉਂਕਿ ਸਹੀ ਤਰੀਕਾ ਕਰ ਇਹੀ ਆ। ਅੱਛਾ ਹੋਰ ਦੱਸ ਦਿੰਦਾ, ਸਾਰੀਆਂ ਆਊਟਡੇਟ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ। 54 ਜਿਹੜਾ 5 ਆਊਟਡੇਟ ਹੋਇਆ ਵਾ, ਆਸਟ੍ਰੇਲੀਆ 'ਚੋਂ, ਅਮੈਰੀਕਾ 'ਚੋਂ, ਯੂਰਪ 'ਚੋਂ, ਉੱਥੋਂ ਆਊਟਡੇਟ ਹੋ ਗਿਆ, ਨਕਾਰਤਾ ਉਰੇ ਆ ਗਿਆ। 61 ਜਿੰਨੇ ਸਾਰੇ ਉੱਧਰੋਂ ਮੰਦ ਹੋ ਜਾਂਦੇ ਆ, ਇਹੀ ਕੰਪਨੀਆਂ ਦੀ ਪੋਲਿਸੀ ਆ। ਮੈਂ ਇਹੀ ਕਹਿਣਾ ਹੁੰਦਾ ਵੀ ਆਪਾਂ ਡਿਮਾਂਡ ਕਰੀਏ। ਹਾਂ ਹੋਰ ਵੀ ਕਹਿਣਾ, ਜੇ ਕਿਸੇ ਨੂੰ ਸਵਰਾਜ 'ਚ ਪ੍ਰੋਬਲਮ ਲੱਗਦੀ ਆ, ਸਾਲੇ ਤਾਂ ਦੱਬ ਕੇ ਠੋਕੋ ਤਵਾ, ਕੱਢੋ ਸਾਲੇ ਤੂੰ ਗਾਲਾਂ ਵੀ, ਇਹ 'ਚ ਆਹ ਨੁਕਸ ਆ, ਬਥੇਰੇ ਨੁਕਸ ਨੇ, 'ਚ ਵਾਧੂ ਨੁਕਸ ਨੇ। ਮੈਂ ਕਿਉਂ ਕਹਾਂ ਕਿ ਨਹੀਂ, ਤੁਸੀਂ ਬੋਲੋ, ਮੈਂ ਥੱਲੇ ਲਿਖੂੰਗਾ ਵੀ ਹਾਂ ਸਹੀ ਗੱਲ ਆ, ਮੈਂ ਸਪੋਰਟ ਕਰੂੰਗਾ। ਇਹ ਗੱਲਾਂ ਨੇ ਬਾਈ, ਇਹ ਬਾਤਾਂ ਨੇ, ਇਹਨਾਂ ਗੱਲਾਂ ਦਾ ਕੋਈ ਲਾਭ ਅੰਸ਼ ਨਹੀਂ। ਮੇਰੀ ਐਂਡ 'ਤੇ ਇਹੀ ਅਪੀਲ ਆ ਕਿ ਪੰਜਾਬ ਆ, ਥੋੜ੍ਹੇ ਲੋਕ ਆ, ਪਿਆਰ ਨਾਲ ਰਹੀਏ। ਹਾਂ ਫਿਰ ਯਾਰ ਕੋਈ ਦੰਦਾ ਅੜਾਉਂਦਾ, ਫਿਰ ਮੇਰੇ ਅੰਦਰ ਵੀ ਜੱਟ ਹੋਏ ਜੀ ਆ ਜਾਂਦਾ, ਮੈਂ ਵੀ ਉਡਾ ਲੈਂਦਾ। ਫਿਰ ਹੁਣ ਮੈਨੂੰ ਦਿਓ ਜਵਾਬ ਵੀ 2400 ਤੋਂ ਕਿਉਂ 2100 'ਤੇ ਲਿਖ ਲਿਖ ਵੇਚਦੇ ਆ, ਨਾਲੇ 2100 ਰਿਟਰਨ ਇੰਜਣ ਆ ਗਿਆ, ਹੁਣ ਇਹ ਤੇਲ ਘੱਟ ਖਾਊਗਾ, ਹੁਣ ਕਾਹਤੇ ਘੱਟ ਖਾਣ ਲੱਗ ਗਿਆ ਫਿਰ? ਬਹੁਤ ਆ, ਮੇਰੇ ਨਾਲ ਕੋਈ ਸਵਾਲ ਜਵਾਬ ਜੇ ਕੋਈ ਕਰਨਾ ਜਿੰਨੇ ਮਰਜ਼ੀ ਕਰ ਲਿਓ, ਮੇਰੇ ਕੋਲ ਬਹੁਤ ਸਮਾਨ ਪਿਆ, ਹਲੇ ਵੀ ਬਹੁਤ ਕੁਛ ਪਿਆ ਝੂਠਾ ਸਾਬਤ ਕਰਨ। ਹਾਂ ਪਰ ਲੌਜਿਕ ਨਾਲ, ਲੌਜਿਕ ਨਾਲ ਝੂਠਾ ਸਾਬਤ ਕਰੋ, ਮੈਨੂੰ ਆਹ ਕੀ ਆ ਤੂੰ ਕੀ ਓ ਡਰੋਲ, ਇਹ ਗੱਲਾਂ ਨਹੀਂ, ਇਹ ਤਾਂ ਕਮਜ਼ੋਰੀ ਆ, ਨਮਰਦੀ ਦੀ ਨਿਸ਼ਾਨੀ ਆ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।